ਚੰਡੀਗੜ੍ਹ ਪੁਲਿਸ ਦੀ ਪੀਓ ਤੇ ਸੰਬੰਧ ਸੈੱਲ ਨੇ ਕਰੀਬ 11 ਸਾਲ ਪੁਰਾਣਾ ਇੱਕ ਕੇਸ ਸੌਟ ਆਊਟ ਕਰਦੇ ਹੋਏ ਇੱਕ ਜਿਹੜਾ ਪੀਓ ਸੀ ਉਹਨੂੰ ਕਾਬੂ ਕੀਤਾ ਅਯੋਧਿਆ ਦੇ ਇੱਕ ਪਿੰਡ ਤੋਂ ਕਾਬੂ ਕੀਤਾ ਗਿਆ ਹਾਲਾਂਕਿ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਵਿੱਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਗਿਆ ਸੀ ਔਰ ਹੁਣ ਦਿੱਲੀ ਜਾਂ ਹੋਰ ਜਿਹੜਾ ਉੱਥੇ ਦੇ ਏਰੀਆ ਬੈਲਟ ਨੇ ਉੱਥੇ ਨਾ ਬਦਲ ਕੇ ਜਾਂ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਉਹ ਲੋਕਿਆ ਰਹਿ ਰਹੇ ਸੀਗਾ ਲੇਕਿਨ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਚੰਡੀਗੜ੍ਹ ਪੁਲਿਸ ਦੀ ਪੀਓ ਤੇ ਸੰਬੰਧ ਸੈੱਲ ਨੇ ਉਸ ਨੂੰ ਹੁਣ ਕਾਬੂ ਕਰਿਆ ਸਾਡੇ ਨਾਲ ਸੀਨੀਅਰ ਆਫੀਸਰ ਨੇ ਡੀਐਸਪੀ ਨੇ ਦਿਲਸ਼ੇਰ ਸਿੰਘ ਚੰਦੇਲ ਦਿਲਸ਼ੇਰ ਇਹ ਪੂਰਾ ਮਾਮਲਾ ਕਿਉਂਕਿ 2013 ਤੋਂ ਜੁੜਿਆ ਹੋਇਆ ਮਰਡਰ ਮਾਮਲਾ ਹੋਇਆ ਸੀਗਾ ਇਹ ਜਿਹੜਾ ਹੁਣ ਪੀਓ ਫੜਿਆ ਪੂਰੀ ਇਨਵੈਸਟੀਗੇਸ਼ਨ ਚ ਕਿਸ ਤਰ੍ਹਾਂ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਹੁਣ ਪੁੱਛਗਿੱਛ ਵਿੱਚ ਕਿਸ ਤਰ੍ਹਾਂ ਦੇ ਖੁਲਾਸੇ ਹੋਏ ਦੇਖੋ 213 ਚ 53 54 ਡਿਵਾਈਡਿੰਗ ਰੋਡ ਤੇ ਇੱਕ 11 ਸਾਲ ਦੀ ਲੜਕੀ ਹੈ ਉਹਦੀ লাশ ਨੂੰ ਬੋਰੀ ਚ ਪਾ ਕੇ ਕੋਈ ਸੁੱਟ ਗਈ ਸੀ ਜੀ ਬਾਅਦ ਵਿੱਚ ਅਨੁਰੁੱਧ ਸਨ ਆਫ ਓਮ ਪ੍ਰਕਾਸ਼ ਇਹਨੂੰ ਅਰੈਸਟ ਕੀਤਾ ਤੇ ਇਸ ਨੇ ਉਸ ਟਾਈਮ ਆਪਣੇ ਆਪ ਨੂੰ ਜੁਵਨਾਈਲ ਦੱਸਿਆ ਸੀ ਜੀ ਜੁਵਨਾਈਲ ਹੋਮ ਭੇਜਣ ਤੋਂ ਬਾਅਦ ਇਹਦੀ ਅਰੈਸਟ ਤੋਂ ਬਾਅਦ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਕਿ ਇਹ ਮੇਜਰ ਲੱਗ ਰਿਹਾ ਇਹਦਾ ਆਸਿਫੀਕੇਸ਼ਨ ਟੈਸਟ ਕਰਾਇਆ ਜਦੋਂ ਆਸਿਫੀਕੇਸ਼ਨ ਟੈਸਟ ਕਰਾਇਆ ਤਾਂ ਪਤਾ ਲੱਗਿਆ ਭਈ ਅਨੁਰੁੱਧ ਹੈ ਜਿਹੜਾ ਇਹ ਮੇਜਰ ਹੈ ਜੀ ਜੇ ਮੇਜਰ ਹੈ ਤਾਂ ਉਹਨੂੰ ਜੇਲ੍ਹ ਜਾਣਾ ਪੈਣਾ ਸੀ ਜੁਵਨਾਈਲ ਹੋਮ ਤੋਂ ਸੋ ਜੇਲ੍ਹ ਤੋਂ ਬਚਣ ਦੀ ਖਾਤਰ ਅਨੁਰੁੱਧ ਜੁਵਨਾਈਲ ਹੋਮ ਦੀ ਖਿੜਕੀ ਨੂੰ ਤੋੜ ਕੇ ਦੌੜ ਗਿਆ ਸੀ ਉਸੇ ਟਾਈਮ ਤੋਂ ਭਗੋੜਾ ਸੀ ਕੇ ਸਾਡੇ 39 ਥਾਣੇ ਵਿੱਚ ਕੇਸ ਐਫ ਆਈ ਆਰ ਨੰਬਰ 578 28 11 13 ਅੰਡਰ ਸੈਕਸ਼ਨ 363 376 302 221 ਪੀਸੀ ਤੇ 6 ਪੌਕਸੋ ਐਕਟ ਇਹ ਦਰਜ ਸੀ ਤੇ ਇਹਦੇ ਵਿੱਚ ਇਹ ਪਗੋੜਾ ਸੀ ਤੇ ਚੰਡੀਗੜ੍ਹ ਪੁਲਿਸ ਦੀ ਪੀਓ ਐਂਡ ਸਮਨ ਸੈੱਲ ਦੀ ਜਿਹੜੀ ਟੀਮ ਹੈ ਸਾਡੀ ਟੈਕਨੀਕਲ ਟੀਮ ਹੈ ਜਿਹੜੀ ਉਹਨੇ ਇਹਨੂੰ ਪਿੰਨ ਪੁਆਇੰਟ ਕੀਤਾ ਸਾਡੀ ਟੀਮ ਅਜोध्या ਜ਼िले ਵਿੱਚ ਪਹੁੰਚੀ ਤੇ ਸੋਰਸ ਇਨਫੋਰਮੇਸ਼ਨ ਤੇ ਅਨੁਰੋਧ ਨੂੰ ਅਜੁੱਧਿਆ ਤੋਂ ਇਹਦੇ ਪਿੰਡ ਤੋਂ ਗ੍ਰਿਫਤਾਰ ਕਰ ਲਿਆ। ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਹੋਰ ਕਿਸ ਤਰ੍ਹਾਂ ਦੀ ਚੀਜ਼ਾਂ ਆਈਆਂ ਕਿਉਂਕਿ ਤੁਹਾਡੀ ਜਿਹੜੀ ਟੀਮ ਬਣਾਈ ਗਈ ਕਿਸ ਤਰ੍ਹਾਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਮਦਦ ਨਾਲ ਕਿਉਂਕਿ ਸਮਾਂ ਕਾਫੀ ਲੰਮਾ ਹੋ ਚੁੱਕਿਆ ਸੀਗਾ ਕਰੀਬ 11 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ। ਕਿਸ ਤਰ੍ਹਾਂ ਆਇਡੈਂਟੀਫਾਈ ਕੀਤਾ ਕਿਸ ਤਰ੍ਹਾਂ ਟੀਮ ਵਰਕ ਜਿਹੜਾ ਹੈਗਾ ਹੋਇਆ। ਕਰੀਬ 1 ਸਾਲ ਤੋਂ ਸਾਡੀ ਸਮਨ ਐਂਡ ਪੀਓ ਸੈਲ ਦੀ ਟੀਮ ਇਹਨੂੰ ਵਾਚ ਕਰ ਰਹੀ ਸੀ ਇਹਦੇ ਤੇ ਨਿਗਾਸੀ ਕੀ ਇਹ ਕਿੱਥੇ ਹੈ ਇਹਨੂੰ ਟੋਲ ਰਹੀ ਸੀ। ਤੇ 1 ਸਾਲ ਤੋਂ ਇਹ ਭੱਜਿਆ ਹੋਇਆ ਸੀ ਤੇ ਅਲੱਗ-ਅਲੱਗ ਜਗ੍ਹਾ ਸਿਕਿਉਰਿਟੀ ਏਜੰਸੀਆਂ ਦੇ ਵਿੱਚ ਇਹ ਆਪਣਾ ਨੌਕਰੀ ਕਰਦਾ ਰਿਹਾ ਬਤੌਰ ਸਿਕਿਉਰਿਟੀ ਗਾਰਡ ਗੁਰੂਗਾਮਾ ਕਰਦਾ ਰਿਹਾ ਦਿੱਲੀ ਕਰਦਾ ਰਿਹਾ ਮਨੇਸਰ ਕਰਦਾ ਰਿਹਾ ਤੇ ਸਾਡੀ ਟੈਕਨੀਕਲ ਟੀਮ ਨੇ ਆਪਣੀ ਸੋਰਸ ਇਨਫੋਰਮੇਸ਼ਨ ਤੇ ਇਸ ਨੂੰ ਅਰੈਸਟ ਕਰ ਲਿਆ ਤੇ ਦੌਰਾਨੇ ਇਨਟੈਰੋਗੇਸ਼ਨ ਪਤਾ ਲੱਗਿਆ ਕਿ ਅਨੁਰੁੱਧ ਨੇ ਡੇਰਾਵਸੀ ਵਿੱਚ ਵੀ ਇੱਕ ਸਿਕਿਉਰਿਟੀ ਗਾਰਡ ਦਾ ਏਟੀਐਮ ਸਿਕਿਉਰਿਟੀ ਗਾਰਡ ਦਾ ਮਰਡਰ ਕੀਤਾ ਹੋਇਆ ਸੀ ਉੱਥੇ ਵੀ ਪਰਚਾ ਦਰਜ ਹੈ ਅਤੇ ਇੱਕ ਲੜਾਈ ਝਗੜੇ ਦਾ ਪਰਚਾ ਦਰਜ ਹੈ ਡੇਹੜਾਬਾਸੀ ਪੁਲਿਸ ਸਟੇਸ਼ਨ 'ਚ ਇੱਕ ਖਰੜ ਪੁਲਿਸ ਸਟੇਸ਼ਨ ਦੇ ਵਿੱਚ ਚੋਰੀ ਦਾ ਇਸਤੇ ਪਰਚਾ ਦਰਜ ਹੈ ਜੀ ਤੇ ਸਰ ਇਹਦੇ ਵਿੱਚ ਇਨਵੈਸਟੀਗੇਸ਼ਨ 'ਚ ਟੈਟੂ ਦਾ ਵੀ ਇੱਕ ਸਾਹਮਣੇ ਆ ਰਿਹਾ ਕਿ ਪੁਲਿਸ ਨੇ ਹਾਲਾਂਕਿ ਹਿਊਮਨ ਇੰਟੈਲੀਜੈਂਸ ਟੈਕਨੀਕਲ ਜਿਗੀ ਇੱਕ ਟੈਟੂ ਦੇ ਜਿਹੜਾ ਹੈਗਾ ਬਿਨਾਬ ਤੇ ਵੀ ਲਗਾਤਾਰ ਪੁਲਿਸ ਦੇਖੋ ਜਦੋਂ ਅਸੀਂ ਇਹਦੇ ਤੇ ਬਾਤ ਚ ਕਰ ਰਹੇ ਸੀ ਅਸੀਂ ਇਹਦਾ ਡੋਸੀਅਰ ਮਗਾ ਕੇ ਚੈੱਕ ਕੀਤਾ ਸੀ ਤੇ ਇਹਦੀ ਬਾਹਾਂ ਤੇ ਤੇ ਇੱਕ ਕਲਾਈ ਤੇ ਇੱਕ ਇਹਦੀ ਲਵਰ ਦਾ ਲਵ ਸਾਈਨ ਇੱਕ ਟੈਟੂ ਮਾਰਕ ਸੀ ਦੋ ਤੇ ਉਹਨਾਂ ਨੂੰ ਵੀ ਪੁਲਿਸ ਨੇ ਆਪਣੇ ਜਹਨ ਚ ਰੱਖਿਆ ਹੋਇਆ ਸੀ ਜਦੋਂ ਇਹਨੂੰ ਅਰੈਸਟ ਕੀਤਾ ਤੇ ਇਹਦੀ ਆਈਡੈਂਟੀਫਿਕੇਸ਼ਨ ਉਹਨਾਂ ਟੈਟੂ ਮਾਰਕਸ ਤੋਂ ਹੋਈ ਹੈ ਕੀ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਿ ਇਹ ਨਾਂ ਬਦਲ ਕੇ ਰਹਿ ਰਹੇ ਸੀਗਾ ਜਾਂ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਕਿਉਂਕਿ 11 ਸਾਲ ਤੋਂ ਜਿੰਨਾ ਤੁਸੀਂ ਵੀ ਦੱਸਿਆ ਸਿਕਿਉਰਿਟੀ ਗਾਰਡ ਦਾ ਕੰਮ ਕਰ ਰਿਹਾ ਸੀਗਾ ਦਿੱਲੀ ਮਨਿਸ਼ਰ ਗਾਜ਼ੀਆਬਾਦ ਕਈ ਥਾਂ ਤੇ ਜਿਹੜਾ ਹੈਗਾ ਇਹਨੇ ਕੰਮ ਕੀਤਾ ਨੇ ਨਾਮ ਬਦਲ ਕਹਿ ਨਹੀਂ ਕੰਮ ਕਰ ਰਿਹਾ ਸੀ ਇਹ ਕੁਛ ਦਿਨ ਇੱਕ ਸਿਕਿਉਰਿਟੀ ਏਜੰਸੀ ਚ ਕੰਮ ਕਰਦਾ ਸੀ ਦੋ ਚਾਰ ਮਹੀਨੇ ਉਹਨੂੰ ਛੱਡ ਕੇ ਫਿਰ ਨੈਕਸਟ ਚਲੇ ਜਾਂਦਾ ਸੀ ਉਹਨੂੰ ਛੱਡ ਕੇ ਫਿਰ ਨੈਕਸਟ ਚਲੇ ਜਾਂਦਾ ਸੀ ਹੁਣ ਵੀ ਇਹ ਗੜਗਾਵਾ ਇੱਕ ਸਿਕਿਉਰਿਟੀ ਏਜੰਸੀ ਚ ਕੰਮ ਕਰ ਰਿਹਾ ਸੀ ਉੱਥੋਂ ਛੁੱਟੀ ਗਿਆ ਹੋਇਆ ਸੀ ਤੇ ਸੋਰਸ ਨੇ ਦੱਸਿਆ ਕਿ ਉਹ ਅੱਜ ਆਪਣੇ ਪਿੰਡ ਹੈ ਤੇ ਸਾਡੀ ਟੀਮ ਨੇ ਉਹਨੂੰ ਜਾ ਕੇ ਦਿਬੋਚ ਦਿੱਤਾ ਇੱਕਲ ਹੋਰ ਸਾਹਮਣੇ ਆਈ ਹੈ ਕਿ ਜਿਹੜੀ ਪੀਓ ਤੇ ਸੰਮਨ ਸੈਲ ਹੈ ਉਸ 17 18 ਵਾਰ ਜਿਹੜੀ ਹੈਗੀ ਇਹਦੇ ਤੇ ਲਗਾਤਾਰ ਰੇਡ ਵੀ ਕੀਤੀ ਗਈ ਹੈ ਪਹਿਲਾਂ ਹਾਂ ਪੀਓ ਸੈਲ ਦੀ ਟੀਮ ਹੈ ਇੱਕ ਸਾਲ ਦੇ ਵਿੱਚ ਕੋਈ 17 18 ਵਾਰ ਇਹਦੇ ਰੈ residense ਤੇ ਰੇਡ ਕੀਤੀ ਹੈ ਤੇ ਇਹਨੂੰ ਪਕੜਨ ਦੀ ਖਾਤਰ ਪਰ ਹੁਣ ਇਹ ਫਾਈਨਲੀ ਕਾਮਯਾਬ ਹੋ ਗਏ ਤੇ ਬਿਲਕੁਲ ਜਿੱਦਾਂ ਸਾਨੇ ਦੱਸਿਆ ਕਿ ਹਾਲਾਂਕਿ ਵੱਡੀ ਕਾਮਯਾਬੀ ਹੈ ਕਿਉਂਕਿ ਲਗਾਤਾਰ ਪੀਓ ਤੇ ਸੰਬੰਧ ਸੈਲ ਲੱਗੀ ਹੋਈ ਸੀਗੇ ਅੰਡਰ ਦਾ ਸੁਪਰਵੀਜ਼ਨ ਆਫ ਡੀਐਸਪੀ ਦਿਲਸ਼ੇਰ ਸਿੰਘ ਸੰਧੇਲ ਤੇ ਐਸਐਚਓ ਹਰੀਓਮ ਅਰੁਨਾਦੀ ਪੂਰੀ ਟੀਮ ਇਹਦੇ ਵਿੱਚ ਲੱਗੀ ਹੋਈ ਸੀ ਤੇ ਫਾਈਨਲੀ ਉਹਨੂੰ ਕਾਬੂ ਕਰ ਲਿਆ ਗਿਆ ਹੈ ਔਰ ਟੈਟੂ ਜਿਹੜਾ ਸਰਨੇ ਵੀ ਦੱਸਿਆ ਕਿ ਟੈਟੂ ਜਿਹੜਾ ਹੈਗਾ ਉਹਨੇ ਬਣਵਾਇਆ ਹੋਈ ਸੀਗਾ ਆਪਣੇ ਬਾਜੂ ਤੇ ਤੇ ਦੋ ਥਾਂ ਤੇ ਟੈਟੂ ਬਣਾਇਆ ਉਹ ਵੀ ਕਾਫੀ ਹੈਲਪਫੁਲ ਮਦਦਗਾਰ ਜਿਹੜਾ ਹੈ ਪੁਲਿਸ ਵਾਸਤੇ ਰਿਹਾ ਹੈ ਹਾਲਾਂਕਿ ਫਾਈਨਲੀ ਉਹਨੂੰ ਕਾਬੂ ਕਰ ਲਿਆ ਗਿਆ ਪੁੱਛ ਕੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਸਰਮਪ੍ਰੈਸਿੰਗ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ